ਹਾਂਜੀ, ਤੇ ਘਰੇ ਜੇ ਇੰਨਾ ਪਹੁੰਚ ਗਈ ਔਰ ਬੱਚਿਆਂ ਦੇ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਜੀ ਇੰਨਾ ਮੈਂ ਲੈ ਕੇ ਆਇਆ, ਕਿਉਂਕਿ ਇਹ ਸਾਰਾ ਚੀਜ਼ਾਂ ਜੀ ਖਤਮ ਹੋਈ ਸੀ। ਬਿਸਕਟ ਹੀ ਖਤਮ ਹੋਏ ਸੀ, ਇਹ ਵਾਲੀ ਜਿਹੀ ਚੀਜ਼ਾਂ, ਇਹ ਗਰੀ ਵਾਲੇ ਲੱਡੂ ਜੇ ਇੰਨਾ ਖਤਮ ਹੋਏ ਸੀ, ਇਹ ਵੀ ਲੈ ਕੇ ਆਇਆ। ਬਾਕੀ ਜੇ ਇੰਨਾ ਬੱਚੇ ਜੇ ਇੰਨਾ 5 ਰੁਪਏ ਵਾਲੀ ਜੇ ਇੰਨਾ ਬੋਤਲ ਜੇ ਇੰਨਾ ਬੜੀ ਪਸੰਦ ਕਰਦੇ ਹਨ, ਇਹ ਵੀ ਜੇ ਇੰਨਾ ਲੈ ਕੇ ਆਇਆ। ਹਾਂ, ਔਰ ਪਾਣੀ ਵਾਲਾ ਭਾਈ ਆ ਗਿਆ ਸੀ, ਅਸੀਂ ਕੂਲਰ ਵੀ ਭਰਾ ਲਿਆ ਔਰ ਕੈਨ ਵੀ ਜੇ ਇੰਨਾ ਭਰਾ ਲਿਆ ਔਰ ਕੂਲਰ ਵਾਲੇ ਪਾਣੀ ਜੇ ਇੰਨਾ ਬੋਤਲਾਂ ਭਰ ਕੇ ਜੇ ਇੰਨਾ ਰੱਖਣ ਲੱਗੇ ਹਾਂ। ਔਰ ਮੈਂ ਡੇਲੀ ਜੇ ਇੰਨਾ ਬੋਲ ਜਾਂਦਾ ਸੀ, ਤੀਸਰੇ ਚੌਥੇ ਦਿਨ ਦਾ ਜੇ ਇੰਨਾ ਓਲੀ ਸਾਈਡ 'ਤੇ ਜੇ ਇੰਨਾ ਹੋਇਆ ਖੁੱਤਾ, ਪਰ ਗਾਰਡਨ ਵਾਲੀ ਸਾਈਡ ਆ ਰੋਸ਼ਨੀ ਜੇ ਜਾਂਦੀ ਕੋਈ ਨਹੀਂ, ਔਰ ਜੇ ਇੰਨਾ ਗਾਰਡਨ ਅੰਦਰ ਜੇ ਇੰਨਾ ਰਹਿੰਦੀ ਸੀ ਇਸ ਕਰ। ਔਰ ਜੀ, ਤੰਦੂਰ ਬਲ ਗਿਆ, ਬੇਗਮ ਜੇ ਇੰਨਾ ਰੋਟੀਆਂ ਪਕਾ ਰਹੀ ਆ, ਬੱਕਰਿਆਂ ਨੂੰ ਧੁੱਪ ਆਉਣ ਵਾਲੀ, ਇਹਨਾਂ ਨੂੰ ਛੱਡ ਕੇ ਪਰਲੀ ਸਾਈਡ 'ਤੇ ਬੰਨਣਾ। ਹੁਣ ਰੋਟੀ ਪੱਕਦੀ ਪਈ ਆ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਅਸਲਾਮ ਅਲੈਕੁਮ, ਗੁੱਡ ਮਾਰਨਿੰਗ, ਸੁਬਾਹ ਬਖੈਰ। ਔਰ ਪਾਣੀ ਜੇ ਇੰਨਾ ਅੱਜ ਬਾਹਰ ਜੇ ਇੰਨਾ ਛਿੜਕ ਲਿਆ, ਕਿਉਂਕਿ ਕੱਲ੍ਹ ਵੀ ਜੇ ਇੰਨਾ ਪਾਣੀ ਕੋਈ ਛਿੜਕਿਆ ਸੀ, ਪਰਸੋਂ ਜੇ ਛਿੜਕਿਆ ਸੀ, ਗੱਟਾ ਕਾਫੀ ਸਾਰਾ ਜੇ ਇੰਨਾ ਬਣਿਆ ਹੋਇਆ ਸੀ ਔਰ ਖੱਡੇ ਨੂੰ ਜੇ ਇੰਨਾ ਬਾਹਰ ਲਿਆ ਦਰਖਤ ਦੇ ਨੂੰ। ਅਤੇ ਹੁਣ ਸਭ ਤੋਂ ਪਹਿਲਾਂ ਜੇ ਇੰਨਾ ਵਾਲਾ ਕੂੜਾ ਜੇ ਇੰਨਾ ਇਕੱਠਾ ਕੀਤਾ ਨਾ, ਇਹ ਸਭ ਤੋਂ ਪਹਿਲਾਂ ਜੇ ਸਿੱਟ ਆਉਂਦੇ ਹਾਂ। ਔਰ ਦੁਕਾਨ ਦੀ ਜੇ ਇੰਨਾ ਸੈਟਿੰਗ ਜੇ ਇੰਨਾ ਕਰਨ ਵਾਲੀ, ਉਹ ਵੀ ਜੇ ਇੰਨਾ ਕਰ ਲਵਾਂਗੇ, ਕਿਉਂਕਿ ਸਾਰਾ ਸਮਾਨ ਜੇ ਇੰਨਾ ਥੱਲੇ ਲਾ ਕੇ ਔਰ ਇਹਨਾਂ ਸਾਰੇ ਜੇ ਇੰਨਾ ਸਾਫ਼ ਸਫਾਈ ਕਰਕੇ ਫਿਰ ਦੁਬਾਰਾ ਜੇ ਇੰਨਾ ਜੋੜਾਂਗੇ। ਔਰ ਮੈਂ ਵੀ ਜੇ ਇੰਨਾ ਜਾਣਾ ਸ਼ਹਿਰ, ਘੀ ਜੇ ਇੰਨਾ ਖਤਮ ਹੋਇਆ ਪਿਆ, ਚੱਲ ਕੇ ਜੇ ਇੰਨਾ ਘੀ 10 ਕਿਲੋ ਜੇ ਇੰਨਾ ਉਹ ਲੈ ਕੇ ਆਉਂਦੇ ਹਾਂ 2 ਗੱਤੇ। ਔਰ ਨਾਸ਼ਤਾ ਜੇ ਇੰਨਾ ਕਰ ਲਿਆ, ਔਰ ਬੱਕਰਿਆਂ ਨੂੰ ਜੇ ਇੰਨਾ ਪਰਲੀ ਸਾਈਡ 'ਤੇ ਜੇ ਇੰਨਾ ਬੰਨਣਾ, ਲੇਕਿਨ ਹਾਲੇ ਤੱਕ ਚਾਹ ਹੀ ਨੇ, ਗਾਹ ਜੇ ਇੰਨਾ ਖਾ ਰਹੇ ਨੇ, ਮੈਂ ਜੇ ਇੰਨਾ ਖਾ ਲਵੇ। ਔਰ ਪੈਂਪ ਜੇ ਇੰਨਾ ਖਿੱਚ ਕੇ ਜੇ ਇੰਨਾ ਇੱਧਰ ਰੱਖਿਆ, ਅਤੇ ਦੂਸਰਾ ਗਾਰਡਨ ਜੇ ਇੰਨਾ ਕੱਲ੍ਹ ਸ਼ਾਮ ਟਾਈਮ ਜੇ ਇੰਨਾ ਪਾਣੀ ਲਾ ਲਿਆ ਸੀ, ਹੁਣ ਫਿਲਹਾਲ ਜੇ ਇੰਨਾ ਜ਼ਰੂਰਤ ਕੋਈ ਨਹੀਂ ਆ। ਅਤੇ ਤੰਦੂਰਾਂ ਨੂੰ ਮੁੰਗਰ ਮਾਰਨ ਵਾਲਾ ਸੀ, ਉਹ ਬੇਗਮ ਨੇ ਜੇ ਇੰਨਾ ਮਾਰ ਲਿਆ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ, ਅਸਲਾਮ ਅਲੈਕੁਮ ਸਾਰੇ ਬਣਾ ਬਈਆਂ ਨੇ, ਸੁਬਾਹ ਬਖੈਰ। ਅਤੇ ਮੈਂ ਵੀ ਜਿਹੜਾ ਨਾ ਬੱਚਿਆਂ ਨਾਸ਼ਤਾ ਕਰਾ ਲਿਆ, ਅਤੇ ਬੱਚੇ ਜਿਹੜਾ ਨਾ ਹਾਲੇ ਜਿਹੜਾ ਨਿਆ ਫਾਤਮਾ ਤਲੀਮਾ ਸਾਡੀ ਜਿਹੜੀ ਨਾ ਬੈਠੀ ਹੈ, ਅਤੇ ਨੁਮਾਨ ਜਿਹੜਾ ਨਾਸ਼ਤਾ ਦੁਕਾਨ ਵਿੱਚ ਕਰ ਰਿਹਾ। ਔਰ ਇਹਨਾਂ ਨੂੰ ਹੁਣ ਜੇ ਇੰਨਾ ਤਕਰੀਬਨ ਘੰਟਾ ਕਿੱਥੇ ਖੜੇ ਰਹਿਣਗੇ, ਘੰਟਾ ਠਹਿਰ ਕੇ ਫਿਰ ਜੇ ਇਹਨਾਂ ਉਧਰਲੀ ਸਾਈਡ ਵੱਲ ਜੇ ਇਹਨਾਂ ਬੰਨ ਲਵਾਂਗੇ, ਔਰ ਉੱਥੇ ਪਾਣੀ ਵੀ ਜੇ ਇਹਨਾਂ ਛਿੜਕਣਾ, ਵੀ ਜਗ੍ਹਾ ਜੇ ਇਹਨਾਂ ਠੰਡੀ ਹੋ ਗਈ ਨਾ, ਫਿਰ ਜੇ ਇਹਨਾਂ ਨੂੰ ਪ੍ਰਬੰਧ ਵੈਦਰੀ ਸਾਈਡ ਤੋਂ ਬੇਗਮ ਨੇ ਸਾਰੀ ਸਾਫ਼ ਸਫਾਈ ਕਰ ਲਈ ਆ, ਝਾੜੂ ਜੇ ਇਹਨਾਂ ਲਾ ਲਿਆ, ਕੱਲ੍ਹ ਵਾਲਾ ਗਾਹ ਜਿੰਨਾ ਕੁ ਜੇ ਬੱਚਿਆਂ 'ਚ ਸਾਰਾ ਜੇ ਇਹਨਾਂ ਸੇਟਿਆ। ਹਾਂ, ਚਲੋ ਸ਼ੈਂਪੂ ਦੀ ਜੇ ਇਹਨਾਂ 4 ਕੁੜੀਆਂ ਲੈ ਵੀ ਸ਼ੈਂਪੂ ਨਾਲ ਜੇ ਇਹਨਾਂ ਨਵਾਵਾਂਗੇ, ਫਿਰ ਸਾਰਾ ਗੱਟਾ ਮਿੱਟੀ ਜਿੰਨਾ ਕੁ ਸਾਰਾ ਨਿਕਲ ਜਾਵੇਗਾ ਇਹਨਾਂ ਨੂੰ। ਚਲੋ ਬਾਕੀ ਸੁਬਾ ਸੁਬਾ ਮੁੰਗਰ ਮੈਂ ਮਾਰ ਲੈਂ ਤੰਦੂਰਾਂ ਨੂੰ, ਮੈਂ ਕਿ ਜਾ ਚਲਿਆ ਜਾ ਸੀ ਦੁਕਾਨ ਤੇ, ਚਲੋ ਸੁਬਾ ਨੂੰ ਦੁਕਾਨ ਖੋਲ ਲੈਣਾ, ਫਿਰ ਮੈਂ ਬਾਕੀ ਜਿਹੜੇ ਘਰ ਦੇ ਕੰਮ ਹੋਏ ਉਹ ਮੈਂ ਕਰ ਲੈਂਦੀ। ਚਲੋ ਸਹੀ ਹੈ, ਮੈਂ ਵੀ ਜੇ ਇਹਨਾਂ ਸੋਚ ਰਿਹਾ ਸੀ ਵੀ ਸ਼ਹਿਰ ਜੇ ਜਾਵਾਂ, ਘੀ ਖਤਮ ਹੋਇਆ ਪਿਆ, ਘੀ ਲਈ ਆਵਾਂ, ਕਸਟਮਰ ਵੀ ਆ ਜਾਂਦੇ ਨੇ ਇਸ ਕਰਕੇ ਜੇ ਇਹਨਾਂ ਘੀ ਲਈ ਆਈ ਹੈ। ਹਾਂ, ਬਾਕੀ ਥੋੜ੍ਹੀ ਜਿਹੀ ਜਿਹੜੀ ਬਾਕੀ ਦੇ ਪੈਸੇ ਬਚੇ ਤੇ ਜਿਹੜੀ ਖਾਵਣ ਪੀਵਣ ਦੇ ਬੱਚਿਆਂ ਨੂੰ ਚੀਜ਼ਾਂ ਨੂੰ ਵੀ ਲਈ ਆ, ਵੇਖਾਂਗੇ ਬੱਚੇ ਤੇ ਨਾਲ ਜੇ ਇਹਨੂੰ ਲਈ ਆਵਾਂਗੇ। ਉਹਨਾਂ ਵਾਸਤੇ ਪਰ ਸ਼ਹਿਰ ਜਾਣਾ ਪਾਉਣਾ ਹੈ, ਔਰ ਉਹ ਜਿਹੜੇ ਨਾਲ ਮਿਲ ਜਾਣੇ ਚੌਂਕ ਤੋਂ ਗੀਤ ਜੇ ਇਹਨਾਂ ਮਿਲ ਜਾਣਾ। ਨਹੀਂ ਫਿਰ ਜੇ ਇਹਨਾਂ ਕੋਈ 10,000 ਜੇ ਮੌਂਦਾ ਨਾ, ਤਾਂ ਈਦ ਤੋਂ ਇੱਕ ਦੇ ਪਹਿਲੇ ਜੇ ਇਹਨਾਂ ਬੱਚਿਆਂ ਦੇ ਖਾਣ ਪੀਣ ਵਾਲੀ ਚੀਜ਼ਾਂ ਲੈ ਆਵਾਂਗੇ। ਚਲੋ ਠੀਕ ਹੋ ਕੇ ਲੈ ਕੇ ਆ ਜਾਵਾਂਗੇ। ਔਰ ਮੌਸਮੀ ਜੇ ਇਹਨਾਂ ਮੈਂ ਰੋਜ਼ ਦੇਖੀ ਰੱਖਣਾ, ਮੈਨੂੰ ਤਾਂ ਓਡੇ ਓਡੇ ਹੀ ਲੱਗਦੇ ਨੇ, ਲੇਕਿਨ ਜੇ ਵੱਡੇ ਹੋ ਗਏ ਨੇ, ਪਹਿਲੇ ਨਾਲੋਂ ਕਾਫੀ ਸਾਰੇ ਵੱਡੇ ਵੱਡੇ ਹੋਏ ਖੜੇ ਨੇ। ਅਨਾਰ ਨਹੀਂ ਇੰਨੇ ਵੱਧਦੇ ਪਏ, ਪਾਣੀ ਡੇਲੀ ਰੂਟੀਨ ਵਾਈਜ਼ ਲੱਗਦਾ। ਔਰ ਗਮਲੇ ਮੈਂ ਇੱਥੇ ਰੱਖ ਲਏ ਸੀ, ਇੱਥੇ ਹੀ ਪਾਣੀ ਇਹਨਾਂ ਨੇ ਜਿਹੜਾ ਲਾ ਦਿੱਤਾ ਸੀ ਕੱਲ੍ਹ।
ਔਰ ਨਿੰਬੂ ਜਿਹੜਾ ਮੁੱਢ ਡੱਲੂ ਜਿਹੜਾ ਨਵੀਆਂ ਸ਼ਾਖਾਂ ਜਿਹੜੀਆਂ ਕੱਢ ਰਿਹਾ ਔਰ ਫੁੱਟ ਰਿਹਾ ਐਂ ਤੋੜ ਤਿੱਕਰ ਜਿਹੜਾ ਨਵੀਆਂ ਸ਼ਾਖਾਂ ਸਾਰੀਆਂ ਜਿਹੜੀਆਂ ਕੱਢ ਰਹੇ ਨੇ। ਪਾਣੀ ਦਾ ਨਾਗਾ ਨਹੀਂ ਕਰਨਾ ਇਹ ਬਹੁਤ, ਹੁਣ ਫਲ ਵੀ ਜੇ ਚਾਵੇਗਾ ਉਹ ਜਿਹੜਾ ਗਰੋ ਵੀ ਕਰੇਗਾ। ਨਵੀਂ ਸ਼ਾਖ ਤਿੰਨ ਇੱਕ ਨਹੀਂ ਨਾ ਬਣਾਈ ਜਿਸ ਦਿਨ ਦਾ ਲੈਣ ਦਾ, ਪਹਿਲੇ ਵਾਲੀਆਂ ਨੇ ਆ ਹੁਣ ਜਿਹੜਾ ਕੱਢ ਰਿਹਾ। ਬਾਕੀ ਸਾਡਾ ਬੂਟਾ ਵੀ ਫੁੱਟਦਾ ਪਿਆ, ਹਾਂ ਪਾਣੀ ਜਿਹੜਾ ਲੱਗਦਾ ਰਿਹਾ ਨਾ ਪਾਣੀ, ਹਾਂ ਸਾਰੇ ਪੱਤਰ ਜਿਹੜੇ ਕੱਢ ਰਹੇ ਨੇ, ਜਿੰਨੇ ਇੱਕ ਨੇ ਸਾਰੇ ਆ ਵੇਖਿਆ ਦਲੇ ਵੀ ਸਾਰੇ ਜਿਹੜੇ ਫੁੱਟ ਰਹੇ ਨੇ। ਬਸ ਮਹੀਨਾ ਗਰਮੀ ਛੋਟਾ ਜਿਹਾ ਫੁੱਲ ਜਾਣ ਕੇ ਫਿਰ ਗਰਮੀ ਬਹੁਤ ਆ। ਅੱਛਾ ਹੋਰ ਮੈਂ ਵੀ ਜਿਹੜੇ ਚੱਲਿਆ ਬਾਹਰ ਜਿਹੜਾ ਦੁਕਾਨ ਤੇ ਨੁਮਾਨ ਜਿਹੜਾ ਬੈਠਾ ਹੋਇਆ ਦੁਕਾਨ ਤੇ, ਔਰ ਪਾਣੀ ਵਾਲਾ ਬਾਈ ਆ ਗਿਆ ਸੀ। ਅਸੀਂ ਕੂਲਰ ਵੀ ਬਰਾ ਲਿਆ ਔਰ ਕੈਨ ਵੀ ਜਿਹੜਾ ਬਰਾ ਲਿਆ ਔਰ ਕੂਲਰ ਵਾਲੇ ਪਾਣੀ ਜਿਹੜਾ ਬੋਤਲਾਂ ਭਰ ਕੇ ਜਿਹੜਾ ਰੱਖਣ ਲੱਗੇ ਆ। ਔਰ ਮੈਂ ਵੀ ਜਿਹੜਾ ਛੱਤ ਉੱਪਰ ਜਾਊ ਸੀ ਉਹ ਬਲਬ ਜਿਹੜਾ ਸਿੱਧਾ ਕਰਨਾ ਨਾ ਪਰਲੀ ਗਾਰਡਨ ਵਾਲੀ ਸਾਈਡ ਵਾਲੋ ਹਨੇਰੀ ਨਾ ਜਿਹੜਾ ਉਹਲੀ ਨੁੱਕਰ ਤੇ ਜਿਹੜਾ ਆ ਗਿਆ ਨਾ, ਔਰ ਡੇਲੀ ਯਾਦ ਨਹੀਂ ਰਹਿੰਦਾ ਹੁਣ ਮੇਰੇ ਯਾਦ ਆਇਆ ਮੈਂ ਕਿ ਜਿਹੜਾ ਇਹਨੂੰ ਸਭ ਤੋਂ ਪਹਿਲੇ ਜਿਹੜਾ ਮੈਂ ਲਾਈ ਆਵਾਂ ਸਹੀ ਨਹੀਂ, ਕਿਉਂਕਿ ਰੋਜ਼ ਮੈਂ ਕਹਿੰਦਾ ਕਿ ਸੋ ਜਿਹੜਾ ਇਹਨੂੰ ਕਰਾਂਗਾ ਲੇਕਿਨ ਜਿਹੜਾ ਜ਼ਿਹਨ 'ਚ ਨਹੀਂ ਰਹਿੰਦਾ, ਇਸ ਕਰਕੇ ਮੈਂ ਕਿਹਾ ਅੱਜ ਤੈਨੂੰ ਸਭ ਤੋਂ ਪਹਿਲੇ ਹੀ ਜਿਹੜਾ ਨਾ, ਔਰ ਪਲੇਟ ਜਿਹੜਾ ਰਾਤ ਨੂੰ ਮੈਂ ਲਾਈ ਕੋਈ ਨਹੀਂ ਆਈ, ਇਸ ਕਰਕੇ ਜਿਹੜਾ ਅੱਜ ਕੋਈ ਨਹੀਂ ਲਾਉਣੀ ਪਈ ਆ। ਔਰ ਇੱਕ ਸਾਈਡ ਵੱਲ ਜਿਹੜਾ ਹੋ ਗਿਆ ਮੈਂ ਕਿਹਾ ਜਿਹੜਾ ਇਹਨੂੰ ਇਧਰਲੀ ਸਾਈਡ 'ਤੇ ਜਿਹੜਾ ਕਰ ਲਈਏ। ਔਰ ਮੈਂ ਡੇਲੀ ਜਿਹੜਾ ਬੋਲ ਜਾਂਦਾ ਸੀ ਤੀਸਰੇ ਚੌਥੇ ਦਿਨ ਦਾ ਜਿਹੜਾ ਓਲੀ ਸਾਈਡ 'ਤੇ ਜਿਹੜਾ ਹੋਇਆ ਖੁੱਤਾ ਪਰ ਗਾਰਡਨ ਵਾਲੀ ਸਾਈਡ ਆ ਰੋਸ਼ਨੀ ਜਿਹੜੀ ਜਾਂਦੀ ਕੋਈ ਨਹੀਂ ਆਈ ਹੋਰ ਜਿਹੜਾ ਘਰ ਦੇ ਅੰਦਰ ਜਿਹੜਾ ਰਹਿੰਦੀ ਸੀ, ਇਸ ਕਰਕੇ ਜਿਹੜਾ ਮੈਂ ਹੁਣ ਇਹਨੂੰ ਸੈਟਿੰਗ ਕਰਤੀ ਇੱਕ ਸਾਈਡ ਜਿਹੜਾ ਛੋਟਾ ਹੀ ਹੇਠ ਦਾ ਦਰੋੜਾ ਜਿਹੜਾ ਰੱਖਤਾ ਨਾ ਹੁਣ ਪਰੇਸ਼ਾਨੀ ਅਗਲੀ ਸਾਈਡ ਵੱਲ ਜਿਹੜਾ ਨਹੀਂ ਆਵੇਗਾ। ਔਰ ਬੱਠਾ ਲੈ ਆਉਂਦੇ ਐਲ ਆ ਜਿਹੜਾ ਕਚਰਾ ਜਿਹੜਾ ਇਹ ਵੀ ਚੱਕ ਲਈਏ ਸਭ ਤੋਂ ਪਹਿਲੇ। ਔਰ ਮੈਂ ਪੇਜ ਜਿਹੜਾ ਉਪਲੇ ਜਿਹੜਾ ਟਾਈਟ ਕਰਨੇ ਸੀ ਕਿਉਂਕਿ ਦੋ ਤਿੰਨ ਦਫਾ ਜਿਹਾ ਹਨੇਰੀ ਆਈ ਨਾ ਵਾ ਤੇਜ਼ ਆਈ ਪੇਜ ਜਿਹਾ ਹਲਕ ਜਿਹੜਾ ਥੋੜ੍ਹੇ ਜਿਹੇ ਲੂਜ਼ ਹੋ ਗਏ ਨੇ ਇਹਨਾਂ ਜਿਹੜਾ ਟਾਈਟ ਕਰਨਾ, ਲੇਕਿਨ ਉਹ ਇੱਕ ਸ਼ਹਿਰੋਂ ਮੈਂ ਨਾ ਦੂਸਰੇ ਜਿਹੜਾ ਪਲਾਸ ਨਾਲ ਤੁਸੀਂ ਕਾਫੀ ਸਾਰਾ ਜਿਹੜਾ ਮੱਖਾ ਤੋਂ ਟਾਈਮ ਵੇਸਟ ਹੋ ਗਿਆ ਨਾ, ਚਾਬੀ ਇੱਕ ਲੈ ਆਉਂਦੇ ਹਾਂ ਫਿਰ ਜਿਹੜਾ ਫੌਰੀ ਤੌਰ ਜਿਹੜਾ ਇਹਨਾਂ ਨੂੰ ਕੱਸੀ ਜਾਵਾਂਗੇ, ਟੈਨਸ਼ਨ ਨਹੀਂ ਬਣੇਗੀ। ਹਾਂਜੀ ਤੇ ਮੈਂ ਵੀ ਥੱਲੇ ਆ ਗਿਆ ਔਰ ਅੱਜ ਮੁੰਜ ਵੀ ਬਣਾਉਣੀ ਆ ਕਿਉਂਕਿ ਤੰਦੂਰ ਜਿਹੜਾ ਕੱਲ੍ਹ ਵੀ ਮਾਸ਼ਾਅੱਲਾ ਜਿਹੜਾ ਤਿੰਨ ਵੇਖ ਕੇ ਆਣ, ਦੋ ਵੱਡੇ ਤੰਦੂਰ ਉਹ ਜਿਹੜਾ ਛੋਟੀ ਤੰਦੂਰੀ ਜਿਹੜਾ ਉਹ ਸੇਲ ਹੋ ਗਈ ਸੀ। ਔਰ ਮੁੰਜ ਜਿਹੜਾ ਇੱਥੇ ਹੀ ਆ ਤੋੜਿਆਂ 'ਚ ਪਾ ਕੇ ਜਿਹੜਾ ਰੱਖੀ ਹੋਈ ਆ ਇਹਨੂੰ ਵੇਖ ਕੇ ਅੱਜ ਜਿਹੜਾ ਕਟਾਈ ਕਰ ਲਵਾਂਗੇ ਤਕਰੀਬਨ ਪੰਜਾਂ ਛੇਆਂ ਤੰਦੂਰਾਂ ਦੀ ਜਿਹੜਾ ਬਣ ਜਾਵੇਗੀ। ਹਾਂ ਅੱਛਾ ਆ ਜਾਓ ਚਲੀਏ ਦੁਕਾਨ 'ਤੇ। ਔਰ ਬੇਗਮ ਵੀ ਜਿਹੜਾ ਵਾਨ ਬਣਾ ਰਹੀ ਸਾਬਤ ਜਿਹੜਾ ਦਰੰਗੇ ਜਿਹੜਾ ਪਏ ਸੀ ਤਿੰਨ ਚਾਰ ਉਹ ਜਿਹੜਾ ਬਣਾ ਰਹੀ ਕਿ ਬਲਕਿ ਦੋ ਸੀ ਦੋ ਹੀ ਆਣ ਚਲੋ ਬਣਾ ਲਾ ਦੁਕਾਨ ਤੇ ਬਹੁਤ 10 ਮਿੰਟ ਮੈਂ ਇੱਥੇ ਚੌਂਕ ਤੋਂ ਘੀ ਫੜੀ ਲਿਆਉਣਾ ਬਾਕੀ ਸਮਾਨ ਬਾਅਦ ਲੈ ਲਿਆ ਸਹੀ ਨਾ ਹਾਂ ਕਿਉਂ ਘੀ ਚੱਲ ਤੋ ਠੀਕ ਹੋ ਘੀ ਲੈ ਕੇ ਆਉਂਦੇ ਹਾਂ ਨਾ ਤਿੰਨਾਂ ਕੋਲ ਵੇਖਾਂਗੇ ਅਗਰ ਬੱਚਿਆਂ ਵਾਲੀ ਖਾਣ ਪੀਣ ਵਾਲੀ ਕੋਈ ਚੀਜ਼ਾਂ ਪਈਆਂ ਹੋਈਆਂ ਮੱਛੀਆਂ ਦੇ ਡੱਬੇ ਵਗੈਰਾ ਆਈਏ ਕੋਈ ਚੋਕਲੇਟ ਵਗੈਰਾ ਵਾਲੇ ਬਿਸਕਟ ਹੋ ਗਏ ਉਹ ਲੈ ਆਵਾਂਗਾ ਠੀਕ ਹੈ ਨਾ ਹਾਂ ਉਹ ਲਾਲ ਮਿਰਚਾਂ ਜੀ 10 ਰੁਪਏ ਵਾਲੇ ਜਿਹੜੇ ਸ਼ਾਸ਼ਕ ਖਤਮ ਹੋਇਆ ਹੋਇਆ ਉਹ ਵੀ ਲੈ ਆਣੀਆਂ ਪਿੱਠੀਆਂ ਹੋਈਆਂ ਚਲੋ ਠੀਕ।
ਹਾਂਜੀ ਤੇ ਮੋਟਰਸਾਈਕਲ ਦੇਣਾ ਮੈਂ ਬੈਰ ਕੱਢ ਲਿਆ ਕੁਰਸੀ ਜੇਣ ਉੱਪਰ ਲੱਦ ਲਈ ਔਰ ਬੇਗਮ ਤੇ ਨੁਮਾਨ ਜੇਣਾ ਬਹਿੰਦੇ ਨੇ ਦੁਕਾਨ ਤੇ ਠੀਕ ਹੈ ਮੈਂ ਫਿਰ ਜਾਂਦਾ ਸਮਾਨ ਲੈਣ ਠੀਕ ਹੈ ਨਾ ਹਾਂ ਔਰ ਮੈਂ ਵੀ ਇਨਸ਼ਾਅੱਲਾ ਜੇ ਨਿਕਲਣਾ ਅੱਧਾ ਘੰਟਾ ਲੱਗੇਗਾ ਸਮਾਨ ਲੈ ਕੇ ਜੇਣਾ ਮੈਂ ਆ ਜਾਵਾਂਗਾ ਇਨਸ਼ਾਅੱਲਾ ਹਾਂਜੀ ਤੇ ਮੈਂ ਕਰੋ ਜੇ ਨਿਕਲ ਆਇਆ ਰਸਤੇ ਵਿੱਚ ਯਾਰ ਤਕਰੀਬਨ ਜੇਣਾ 5 ਮਿੰਟ ਦਾ ਸਫ਼ਰ ਆ ਗਿਆ ਹੈ ਤਾਂ ਔਰ ਇਹ ਸਾਈਡ ਆ ਜੇ ਨਾ ਬੰਦੇ ਜੇ ਪਤਾ ਜੇਣਾ ਕਰਦੇ ਆ ਬੱਕਰਿਆਂ ਵਾਸਤੇ ਗਾਦ ਜੇਣਾ ਮਿਲ ਹੀ ਗਿਆ ਇਹ ਸਾਈਡ ਵਾਲਾ ਜਿਹੜੀ ਚਰੀ ਜਾਂ ਮਕਈ ਵਗੈਰਾ ਜੇ ਨਖੜੀ ਆ ਤੇ ਅੱਜ ਵਾਪਸੀ ਆਣ ਕੇ ਜੇ ਇਧਰੋਂ ਪਤਾ ਕਰਾਂਗੇ ਨਾ ਅਗਰ ਕਿਸੇ ਜੇ ਨਾ ਪੱਠੇ ਮਿਲ ਗਏ ਮਰਲਾ ਦੋ ਬੰਦੇ ਸਿੱਖ ਜੇ ਕਿਉਂਕਿ ਇੱਧਰ ਵੀ ਜੇ ਨਾ ਖੜੇ ਹੋਣ ਤੇ ਫਿਰ ਜੇ ਇੱਕ ਟੈਂਸ਼ਨ ਹੋ ਗਈ ਤੇ ਸਮਾਨ ਜੇ ਨਾ ਸਾਰਾ ਲੈ ਲਿਆ ਤੇ ਜੇ ਨਾ ਚਲੇ ਆਉਂ ਜੇ ਨਾ ਘਰ ਵਾਪਸ ਹਾਂਜੀ ਤੇ ਘਰੇ ਜੇ ਨਾ ਪਹੁੰਚ ਗਏ ਔਰ ਬੱਚਿਆਂ ਦੇ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਜੇ ਇਹਨਾਂ ਮੈਂ ਲੈ ਕੇ ਆਇਆ ਕਿਉਂਕਿ ਇਹ ਸਾਰਾ ਚੀਜ਼ਾਂ ਜਿਹਨਾਂ ਖਤਮ ਹੋਈ ਸੀ ਬਿਸਕਟ ਹੀ ਖਤਮ ਹੋਏ ਸੀ ਇਹ ਵਾਲੀ ਜਿਹਨ ਚੀਜ਼ਾਂ ਇਹ ਗਰੀ ਵਾਲੇ ਲੱਡੂ ਜਿਹਨਾਂ ਖਤਮ ਹੋਏ ਸੀ ਇਹ ਵੀ ਲੈ ਕੇ ਆਇਆ ਬਾਕੀ ਜਿਹਨਾਂ ਬੱਚੇ ਜਿਹਨਾਂ 5 ਰੁਪਏ ਵਾਲੀ ਜਿਹਨਾਂ ਬੋਤਲ ਜਿਹਨਾਂ ਬੜੀ ਪਸੰਦ ਕਰਦੇ ਹਨ ਇਹ ਵੀ ਜਿਹਨਾਂ ਲੈ ਕੇ ਆਇਆ ਹਾਂ ਹਾਂ ਬੋਤਲ ਨਹੀਂ ਜ਼ਾਇਆ ਨਹੀਂ ਕਰਨੀਆਂ ਹਾਂ ਉਹ ਸਮਾਨ ਜਿਹਨਾਂ ਸੀ ਜਿਹਨਾਂ ਸਾਰਾ ਜਿਹਨਾਂ ਲਾ ਲੈਣੇ ਆ ਵਲਾਗ ਨੂੰ ਹੀ ਲੇਟ ਹੋ ਗਈ ਕਾਫੀ ਸਾਰੇ ਤੇ ਦੂਸਰਾ ਜੇ ਮੈਂ ਗਾਹ ਨੂੰ ਜਿਹਨਾਂ ਜਾਣਾ ਸੀ ਬੱਕਰਿਆਂ ਦਾ ਗਾਹ ਜਿਹਨਾਂ ਖਤਮ ਹੋਇਆ ਹੋਇਆ ਨਾ ਕਿਉਂਕਿ ਕੱਲ ਥੋੜਾ ਜਿਹਾ ਜਿਹਨਾਂ ਮਿਲਿਆ ਉਹ ਉਹਨਾਂ ਨੇ ਫਿਲਹਾਲ ਸਾਰਾ ਜਿਹਨਾਂ ਖਾ ਕੇ ਖਤਮ ਜਿਹਨਾਂ ਕਰ ਲਿਆ ਹੁਣ ਧੁੱਪ ਵੀ ਕਾਫੀ ਸਾਰੀ ਆ ਲੇਕਿਨ ਜਿਹਨਾਂ ਜਾਣਾ ਜ਼ਰੂਰੀ ਆ ਚੱਲ ਕੇ ਜਿਹਨਾਂ ਕਿਧਰੋਂ ਗਾਹ ਦਾ ਪਤਾ ਕਰਕੇ ਆਉਂਦੇ ਹਾਂ ਧੁੱਪ ਤਾਂ ਚਾੜਿਆ ਇੱਕ ਬਹੁਤ ਜ਼ਿਆਦਾ ਸਵੇਰੇ ਫਸਟ ਟਾਈਮ ਚਲਿਆ ਜਾਣਾ ਸੀ ਲੇਕਿਨ ਮੈਂ ਜਿਹਨਾਂ ਸ਼ਹਿਰ ਚਲਾ ਕੇ ਸਮਾਨ ਲੈ ਕਿਉਂਕਿ ਇਹ ਵੀ ਖਤਮ ਹੋਇਆ ਤੁਹਾਡੇ ਵਾਸਤੇ ਲੈ ਕੇ ਆਉਣਾ ਪਹਿਲੇ ਤੁਹਾਨੂੰ ਪਾਣੀ ਰਜਾ ਕੇ ਪਿਵਾ ਦੇਣਾ ਉਸ ਤੋਂ ਬਾਅਦ ਜਿਹਨਾਂ ਤੁਹਾਡੇ ਵਾਸਤੇ ਗਾਹ ਲੈ ਕੇ ਆਉਣਾ ਠੀਕ ਹੈ ਨਾ ਠੀਕ ਹੈ ਨਾਰਾਜ਼ ਨਹੀਂ ਹੋਣਾ ਲੈ ਕੇ ਆਉਣਾ ਦਾਣੇ ਵੀ ਜਿਹਨੇ ਤੁਹਾਡੇ ਵਾਸਤੇ ਬੇਕ ਰੱਖਣਾ ਉਹ ਵੀ ਤੁਹਾਨੂੰ ਖਵਾਉਣਾ ਠੀਕ ਹੈ ਔਰ ਬੇਗਮ ਜੀ ਨਾਲ ਸਮਾਨ ਲਾ ਰਹੀ ਸਭ ਤੋਂ ਪਹਿਲੇ ਜੇ ਮੋਟਰਸਾਈਕਲ ਤੋਂ ਜਿਹਨਾਂ ਸਮਾਨ ਲਾ ਲੈਂਦੇ ਹਨ ਤਕਰੀਬਨ 10-15 ਮਿੰਟ ਜਿਹਨੇ ਲੱਗ ਜਾਣੇ ਇਹਨਾਂ ਜੋੜਾਂ 'ਤੇ ਜੋੜ ਕੇ ਫਿਰ ਜਿਹਨਾਂ ਮੈਂ ਜਾਂਦਾ ਇੱਥੋਂ ਜਿਹਨਾਂ ਥੋੜ੍ਹਾ ਬਹੁਤਾ ਜਿਹਨਾਂ ਗਾਹ ਆ ਗਿਆ ਨਾ ਬਾਕੀ ਜਿਹਨਾਂ ਕੁਛ ਸੈਕਿੰਡ ਟਾਈਮ ਜਿਹਨਾਂ ਪਾਠਲੀ ਸਾਹ ਸਹੀ ਨਾ ਕੁਛ ਹੁਣ ਗਾਹ ਲਾਇਆ ਮੈਂ ਕੁਛ ਸੈਕਿੰਡ ਟਾਈਮ ਜਿਹਨ ਲੈ ਕੇ ਆ ਜਾਵਾਂਗਾ ਚਲੋ ਬਹੁਤ ਸ਼ੁਕਰੀਆ ਜੀ ਹਾਂਜੀ ਤੇ ਸਮਾਨ ਜਿਹਨਾਂ ਸਾਰਾ ਲਾ ਕੇ ਦੁਕਾਨ ਨੇ ਜਿਹਨਾਂ ਰੱਖ ਲਿਆ ਔਰ ਬੇਗਮ ਨੇ ਜਿਹਨਾਂ ਤੰਦੂਰ ਬਾਲ ਲਿਆ ਪਹਿਲੇ ਜਿਹਨਾਂ ਦੁਕਾਨ 'ਤੇ ਨੁਮਾਨ ਅਤੇ ਬੇਗਮ ਜਿਹਨਾਂ ਬੈਠੇ ਰਹਿਣ ਤੇ ਹੁਣ ਜਿਹਨਾਂ ਮੈਂ ਆਇਆ ਤੇ ਰੋਟੀਆਂ ਜਿਹਨਾਂ ਹੁਣ ਪੱਕਣ ਲੱਗੀਆਂ ਫਿਰ ਨਹੀਂ ਤਾਂ ਜਿਹਨਾਂ ਸਵੇਰੇ ਫਸਟ ਟਾਈਮ ਜਿਹਨਾਂ ਰੋਟੀਆਂ ਬਣ ਜਾਣੀਆਂ ਸੀ ਔਰ ਮੈਂ ਵੀ ਇੰਤਜ਼ਾਰ ਕਰ ਰਿਹਾ ਬੇਗਮ ਰੋਟੀਆਂ ਪਕਾ ਲੈਂਦੀ ਹੈ ਦੁਕਾਨ 'ਤੇ ਬਵੇਗੀ ਨਾ ਅਤੇ ਫਿਰ ਮੈਂ ਜਿਹਨਾਂ ਚਲਾ ਜਾਵਾਂਗਾ ਗਾਹ ਬੱਕਰਿਆਂ ਵਾਸਤੇ ਜਿਹਨ ਲੈ ਉਹ ਟੈਨਸ਼ਨ ਮੈਨੂੰ ਬੜੀ ਹੋ ਰਹੀ ਆ ਧੁੱਪ ਵੀ ਕਾਫੀ ਸਾਰੀ ਆ ਰਹੀ ਆ ਮੈਂ ਕਹਿੰਦਾ ਛੇਤੀ ਛੇਤੀ ਜਿਹਨਾਂ ਵਾਸਤੇ ਜਿਹਨਾਂ ਗਾਹ ਲੈ ਕੇ ਆ ਜਾਵਾਂ ਬੇਗਮ ਜਿਹਨਾਂ ਬਰਤਨ ਜਿਹਨਾਂ ਧੋ ਰਹੀ ਆ ਫਿਰ ਮੈਂ ਸ਼ਹਿਰ ਜਿਹਨਾਂ ਚਲਾ ਗਿਆ ਮੈਂ ਆਖੇ ਦੂ ਪਹਿਲੇ ਜਿਹਨਾਂ ਸਮਾਨ ਲਿਆ ਬੱਚਿਆਂ ਦੇ ਖਾਣ ਪੀਣ ਸਾਰੀ ਚੀਜ਼ਾਂ ਤਾਂ ਖਤਮ ਹੋਈਆਂ ਹੋਈਆਂ ਸੀ ਹਾਂ ਦੁਕਾਨ ਜਿਹੜੀ ਨਾ ਚਲਦੀ ਬੱਚਿਆਂ ਦੇ ਸਿਰ ਤੇ ਆ ਹਾਂ ਸਾਰਾ ਦਿਨ ਜਿਹਨਾਂ ਚਲੋ 5-10-20 ਗਾਹਕ ਜਿਹਨਾਂ ਟੁਰੇ ਰਹਿੰਦੇ ਨੇ ਦੂਸਰਾ ਜਿਹਨਾਂ ਸਮਾਨ ਤੇ ਜਿਹਨਾਂ ਘੱਟ ਵੱਧ ਜਿਹਨਾਂ ਵਿਕਦਾ ਤੇ ਬੱਚਿਆਂ ਨਾਲ ਜਿਹਨਾਂ ਖਾਣ ਪੀਣ ਵਾਲੀ ਚੀਜ਼ਾਂ ਜਿਹਨਾਂ ਜ਼ਿਆਦਾਤਰ ਜਿਹਨਾਂ ਸੇਲ ਹੁੰਦੀਆਂ ਨੇ ਇਸ ਵਜ੍ਹਾ ਤੋਂ ਜਿਹਨਾਂ ਬੱਚਿਆਂ ਨਾਲ ਸਮਾਨ ਜਿਹਨਾਂ ਲੈਣ ਦਾ ਹਾਂਜੀ ਤੇ ਮੈਂ ਵੀ ਬਾਹਰ ਆ ਗਿਆ ਸੀ ਔਰ ਤੰਦੂਰ ਜਿਹਨਾਂ ਇੱਕ ਸਾਡਾ ਜਿਹਨਾਂ ਸੇਲ ਹੋ ਗਿਆ ਉਹ ਸਾਹਮਣੇ ਜਿਹਨਾਂ ਲੈ ਕੇ ਜਿਹਨ ਜਾ ਰਹੇ ਨੇ ਦੇ ਨਾਲ ਦੇ ਛੋਟਾ ਤੰਦੂਰ ਜਿਹਨਾਂ ਉਹਨਾਂ ਦੇ ਨਾਲ ਦੇ ਜਿਹਾ ਪਿਆ ਸੀ ਨਾ ਉਹ ਵਾਲਾ ਸੇਲ ਹੋ ਗਿਆ ਔਰ ਮਾਸ਼ਾਅੱਲਾ ਇੱਕ ਜਿਹਨਾਂ ਫਸਟ ਟਾਈਮ ਜਿਹਨਾਂ ਤੰਦੂਰ ਸੇਲ ਹੋ ਗਿਆ ਸੀ ਇੱਕ ਜਿਹਨਾਂ ਹੁਣ ਸੇਲ ਹੋ ਗਿਆ ਔਰ ਉਹਨਾਂ ਦੀ ਜਿਹਨਾਂ ਮਿੱਟੀ ਵੇਖ ਕੇ ਅਸੀਂ ਰੱਖੀ ਹੋਈ ਆ ਆ ਥੋੜ੍ਹਾ ਠੰਡਾ ਟਾਈਮ ਹੁੰਦਾ ਨਾ ਤਕਰੀਬਨ 3-4 ਵਜੇ ਮਿੱਟੀ ਗੋ ਕੇ ਉਹਨਾਂ ਨੂੰ ਬੈਕ ਸਾਈਡ ਤੋਂ ਜਿਹਨਾਂ ਲਿੰਬਾਈ ਕਰਨੇ ਔਰ ਪੋਚਾ ਜਿਹਨਾਂ ਮਾਰਨੇ ਆ ਕਿਉਂਕਿ ਜਿਵੇਂ ਹੁਣ ਪੈਣਾ ਕਸਟਮਰ ਫਿਰ ਇਸ ਤਰ੍ਹਾਂ ਜਿਹਨਾਂ ਕੋਈ ਨਹੀਂ ਲੈ ਜਾਂਦੇ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਫਿਰ ਜਿਹਨਾਂ ਬੈਕ ਸਾਈਡ ਤੋਂ ਲਿੰਬ ਕੇ ਪੋਚਾ ਮਰਿੰਦਾ ਅੱਧੀ ਤਰੀਕੇ 50 ਰੁਪਏ ਫਿਰ ਜਿਹਨਾਂ ਸੇਲ ਹੁੰਦੇ ਨੇ ਅਤੇ ਬਹੁਤ ਜ਼ਿਆਦਾ ਜਿਹਨਾਂ ਖੁਸ਼ ਅੱਲਾ ਪਾਕ ਦਾ ਲੱਖ ਦੁਬਾਰਾ ਅੱਜ ਇੱਧਰੋਂ ਜਿਹਨਾਂ 2 ਤੰਦੂਰ ਜਿਹਨਾਂ ਸੇਲ ਹੋ ਗਏ ਨੇ ਔਰ ਬੇਗਮ ਹੀ ਜਿਹਨਾਂ ਮਿੱਟੀ ਜਿਹਨਾਂ ਗੋ ਕੇ ਲੈ ਕੇ ਆ ਗਈ ਆ
ਪਰ ਉਹ ਦਰਖਤ ਦੀ ਜਿੰਨਾ ਛਾਂ ਹੈਗੀ ਆ, ਉਹ ਲੋਹਰੀਆਂ ਦੋ ਤੇ ਜਿੰਨਾ ਧੁੱਪ ਆ। ਮੈਂ ਕਿਹਾ ਸੀ ਅੱਧਾ ਘੰਟਾ ਠਹਿਰ ਕੇ ਲਿੰਬ ਲੈਂਦੇ। ਤੰਦੂਰੀ ਜਿਹੜੀ ਸੇਲ ਹੋਈ ਹੈ ਨਾ ਸਾਡੀ, ਤੇ ਬੇਗਮ ਜੀ ਨੇ ਦੱਸਿਆ ਤੇ ਫੌਰੀ ਤੌਰ ਉਹਨੇ ਮਿੱਟੀ ਗੋਈ ਹੈ ਵੀ ਬਾਕੀਆਂ ਨੂੰ ਤਿਆਰ ਕਰਕੇ ਰੱਖੀਏ। ਲਿੰਬਾਈ ਕਰਨ ਲੱਗਿਆ ਜਿਹੜਾ ਕਾਫੀ ਸਾਰੇ ਜਿਹੜਾ ਹੱਥ ਜ਼ਖਮੀ ਹੁੰਦੇ ਨੇ, ਕਿਉਂਕਿ ਮੌਂਜ ਜਿਹੜੀ ਨਾਲ ਹੁੰਦੀ ਨਾ ਉਹ ਇੰਜ ਕਰ ਲਿੰਬਣ ਲੱਗਿਆ ਵਿੱਚ ਹੱਥਾਂ ਤੇ ਚੁੱਭ ਜਾਂਦੀ ਆ। ਹਾਂਜੀ, ਤੇ ਤੰਦੂਰ ਜਿਹੜਾ ਤਿੰਨ ਮੁਕੰਮਲ ਜਿਹੜਾ ਲਿੰਬੀ ਗਏ, ਔਰ ਇੱਕ ਜਿਹੜਾ ਛੋਟੀ ਤੰਦੂਰੀ ਜਿਹੜਾ ਰਹਿ ਗਈ ਆ, ਔਰ ਗਰਮੀ ਬਹੁਤ ਜ਼ਿਆਦਾ। ਮੈਂ ਇਸ ਕਰਕੇ ਕਿਹਾ ਸੀ ਨਾ ਅੱਧਾ ਘੰਟਾ ਠਹਿਰ ਜਾ, ਔਰ ਮੈਨੂੰ ਤਾਂ ਅੱਜ ਪਰੇਸ਼ਾਨੀ ਪੱਠਿਆਂ ਦੀ ਬੜੀ ਬਣੀ ਖੜੀ ਆ। ਇਹ ਸਾਈਡ ਵਾਲ ਜਿਹੜਾ ਕਪਾਹ ਹੈ ਕੋਈ ਨਹੀਂ, ਤੇ ਇਧਰੀ ਸਾਈਡ ਤੂੰ ਜਿਹੜਾ ਗਾਹ ਲਾਇਆ ਵੀ ਆ, ਲੇਕਿਨ ਅੱਜ ਮੈਂ ਮੋਟਰਸਾਈਕਲ ਤੇ ਕਿਤੋਂ ਦੂਰੋਂ ਪਤਾ ਕਰਨੇ ਆ। ਹਾਂ, ਔਰ ਪੱਠੇ ਵੀ ਜਿਹੜਾ ਫਿਲ ਲਾਲ ਜਿਹੜਾ ਕਾਫੀ ਸੈਡਲ ਜਿਹੜਾ ਪਤਾ ਕੀਤਾ, ਪੱਠੇ ਜਿਹੜਾ ਮੈਨੂੰ ਕੋਈ ਨਹੀਂ ਮਿਲੇ, ਨਹੀਂ ਤੇ ਮੇਰੀ ਦਿਲ ਸੀ ਵੀ ਗਾਚਾ ਮਕਈ ਜਿਹੀ ਨੋ ਲੈ ਲੈਂਦੇ ਹਾਂ ਨਾ, ਤੇ ਡੇਲੀ ਰੂਟੀਨ ਵਾਈਜ਼ ਜਿਹੜਾ ਸੁਬਹ ਜਾਂ ਸ਼ਾਮ ਨੂੰ ਜਿਹੜਾ ਕਟਾਈ ਕਰਕੇ ਲੈ ਕੇ ਆ ਗਿਆ, ਔਰ ਟੋਕੇ ਤੇ ਕੁਤਰ ਕੇ ਪਾਤੀ ਆ। ਵੈਸੇ ਜਿਹੜਾ ਬਾਅਦ ਲੈ ਕੇ ਜਿਹੜਾ ਕਿਧਰੋਂ ਅਸੀਂ ਪੱਠੇ ਨਹੀਂ ਮਿਲੇ ਨੇ। ਚਲੋ ਕੋਈ ਨਹੀਂ, ਅੱਜ ਪਤਾ ਕਰਾਂਗੇ ਕਿੱਧਰ ਹੋਰ ਦੂਰ ਮਿਲ ਗਏ ਤੇ ਠੀਕ ਹੈ। ਹਾਂਜੀ, ਤੇ ਟਾਈਮ ਵੀ ਜਿਹੜਾ ਤਕਰੀਬਨ 4 ਦਾ ਹੋ ਗਿਆ, ਔਰ ਮੈਂ ਵੀ ਜਿਹੜਾ ਚੱਲਿਆ ਹੁਣ ਗਾਹ ਦਾ ਜਿਹੜਾ ਪਤਾ ਕਰਨਾ, ਕਿਉਂਕਿ ਅੱਜ ਸਾਨੂੰ ਜਿਹੜਾ ਥੋੜ੍ਹਾ ਬਹੁਤਾ ਜਿਹੜਾ ਦੂਰ ਜਾਣਾ ਪੈਣਾ, ਕਿਉਂਕਿ ਗਾਹ ਜਿਹੜਾ ਤਲਾਸ਼ ਪਹਿਲੇ ਕਰਨਾ ਪੈਣਾ, ਫਿਰ ਜਿਹੜਾ ਕਟਾਈ ਕਰਕੇ ਲਾਇਆ ਵਾਂ, ਕਿਉਂਕਿ ਪਹਿਲੇ ਤਾਂ ਬੈਕ ਸਾਈਡ ਦੇ ਨਾਲ ਹੀ ਆ, ਲੇਕਿਨ ਹੁਣ ਜਿਹੜਾ ਅੱਗੇ ਦੂਰ ਨਿਕਲਣਾ ਪੈਣਾ, ਕਿਧਰ ਕਪਾਹ ਦੀ ਫਸਲ ਜਿਹੜਾ ਦੇਖਾਂਗੇ, ਲੇਕਿਨ ਕਨਫਰਮ ਹੁੰਦਾ ਵੀ ਕੋਈ ਨਹੀਂ ਹੋਣਾ ਵੀ ਸਪਰੇ ਹੋਈ ਹੋਈ ਹੋਣੀ, ਕੋਈ ਨਹੀਂ, ਫਿਲਹਾਲ ਜਿਹੜਾ ਨਿਕਲਣਾ ਦੇਖਦੇ ਹਾਂ ਕੀ ਬਣਦਾ ਵਾ। ਹਾਂਜੀ, ਤਾਂ ਅਸੀਂ ਵੀ ਬੈਕ ਸਾਈਡ 'ਤੇ ਆ ਗਏ, ਔਰ ਇਹ ਲਤੂਤ ਜਿਹੜਾ ਛਾਂਗ ਲਵਾਂਗੇ ਨਾ ਇੱਕ ਦਿਨ, ਸਹੀ ਨਹੀਂ ਨੁਮਾਨ। ਤੂਤ ਜਿਹੜਾ ਬੜੇ ਸ਼ੌਂਕ ਨਾਲ ਖਾਂਦੇ ਨੇ, ਔਰ ਸਾਰੀ ਸਾਫ਼ ਸਫਾਈ ਵਗੈਰਾ ਜਿਹੜਾ ਇਹ ਵੀ ਕਰਨੀ ਆ, ਅਤੇ ਫਿਲਹਾਲ ਹੁਣ ਅਸੀਂ ਜਿਹੜਾ ਇੱਧਰ ਅੱਗੇ ਦੂਰ ਜਾਣਾ ਪੈਣਾ, ਉਹ ਸਾਹਮਣੇ ਜਿਹੜਾ ਕਪਾਹ ਵਗੈਰਾ ਜਿਹੜੀ ਨਜ਼ਰ ਆ ਰਹੀ, ਉਹਦੇ ਸਾਈਡ ਵੱਲ ਜਾਂਦੇ ਹਾਂ, ਧੁੱਪ ਵੀ ਗਰਮੀ ਵੀ ਜਿਹੜਾ ਕਾਫੀ ਸਾਰੇ ਤਨੁਮਾਨ ਸਾਹਿਬ ਉਰੀ ਜਿਹੜਾ ਮੇਰੇ ਨਾਲ ਹੀ ਜਿਹੜਾ ਆਉਂਦੇ ਨੇ, ਔਰ ਬੇਗਮ ਵੀ ਜਿਹੜਾ ਲਿੰਬ ਰਹੀ ਆ ਤੰਦੂਰ ਮਿੱਟੀ ਜਿਹੜੀ ਨਾ ਗੋਲੀ ਸੀ, ਬਾਕੀ ਦੀ ਵੀ ਜਿਹੜੀ ਸਾਰੀ ਜਿਹੜੀ ਰਹਿੰਦੀ ਸੀ, ਔਰ ਹੁਣ ਜਿਹੜਾ ਤੰਦੂਰ ਲਿੰਬ ਰਹੀ ਆ। ਇਹਦੇ ਲਈ ਸੌਖਿਆਂ 'ਚ ਲਿੰਬ ਲੈਣਾ ਸੀ, ਲੇਕਿਨ ਉਹ ਸ਼ਾਇਦ ਸਾਡੇ ਕੋਲ ਪਿਆ ਹੀ ਕੋਈ ਨਹੀਂ, ਗਰਮੀ ਹੈ ਹੀ ਕਾਫੀ ਸਾਰੀ। ਗਾਹ ਅੱਜ ਥੋੜ੍ਹਾ ਜਿਹਾ ਜਿਹੜਾ ਮਿਲਿਆ, ਮੈਂ ਬਾਕੀ ਹੁਣ ਸਵੇਰੇ ਲੈ ਆਵਾਂਗੇ, ਇੱਥੇ ਜਿਹੜਾ ਨਹੀਂ ਕੋਈ ਸੀ, ਉਸ ਪਲਾਟ ਜੇ ਬਿਲਕੁਲ ਥੋੜ੍ਹਾ ਥੋੜ੍ਹਾ ਸੀ, ਮਤੀਰਿਆਂ ਵਾਲੀ ਜਗ੍ਹਾ ਸੀ ਨਾ, ਬਾਰਿਸ਼ਾਂ ਆਵਣ ਨਾ ਬਾਰਿਸ਼ਾਂ ਜ਼ਿਆਦਾ ਅਤੇ ਫਿਰ ਜਿਹੜਾ ਗਾਹ ਬਹੁਤ ਜ਼ਿਆਦਾ ਹੋਵੇ ਆ, ਲੇਕਿਨ ਬਾਰਿਸ਼ਾਂ ਇੰਨੀਆਂ ਆਈਆਂ ਕੋਈ ਨਹੀਂ। ਹਾਂ, ਚਲੋ ਲਿੰਬ ਲਾ ਤੰਦੂਰ, ਫਿਰ ਜਿਹੜਾ ਨੁਮਾਨ ਤੋਂ ਦੁਕਾਨ 'ਤੇ ਪਿਆ, ਮੈਂ ਵੀ ਆ ਜਾਣਾ। ਬੱਕਰੇ ਇਸ ਸਾਈਡ ਵੱਲ ਜਿਹੜਾ ਬੰਨੇ ਕੁਛ ਗਾਰਡਨ ਦੇ ਥੱਲੇ ਦੀ ਕਟਾਈ ਕਰੇ ਸਾਂ, ਇਹ ਇਹਨਾਂ ਨੂੰ ਪਾ ਲਈ ਸਾਂ, ਅਤੇ ਉਸ ਤੋਂ ਬਾਅਦ ਜਿਹੜਾ ਗਾਰਡਨ ਨੂੰ ਪਾਣੀ ਸਾਰਨ ਦੇਣਾ, ਕੱਲ੍ਹ ਵੀ ਕੋਈ ਨਹੀਂ ਲਾਇਆ, ਸੁੱਕੇ ਪੈਣ ਖੱਡੇ ਵਗੈਰਾ ਜਿਹੜਾ ਸਾਰੇ ਹੈ। ਚਲੋ ਠੀਕ ਹੋ ਗਿਆ, ਸਾਲਣ ਤਾਂ ਪਿਆ ਨਿਕਲਦਾ ਕੁਝ, ਰੋਟੀਆਂ ਬਣੀਆਂ ਬਣਾ ਲਵੀਂ, ਉਹ ਸਵੇਰੇ ਜਿਹੜਾ ਸਬਜ਼ੀ ਅਸੀਂ ਜਿਹੜਾ ਹੋਰ ਲੈਵਾਂਗੇ ਨਾ, ਫਿਰ ਜਿਹੜਾ ਸਾਲਣਾ ਵੀ ਜਿਹੜਾ ਦੋ ਦਿਨ ਦਾ ਜਿਹੜਾ ਇਕੱਠਾ ਬਣਾ ਕੇ ਜਿਹੜਾ ਫਰਿੱਜ 'ਚ ਰੱਖ ਲਵਾਂਗੇ, ਅਤੇ ਐਵੇਂ ਹੀ ਜਿਹੜਾ ਅਸੀਂ, ਕਿਉਂਕਿ ਪਹਿਲੇ ਦੋ ਤਿੰਨ ਦਿਨ ਤਾਂ ਬਣਾਇਆ ਕੋਈ ਨਹੀਂ, ਲੇਕਿਨ ਸੁਬਹ ਜਿਹੜਾ ਅਸੀਂ ਪਕਾਵਾਂਗੇ ਆਲੂ ਗੋਸ਼ਤ ਜਿਹੜੇ ਬਣਾਵਾਂਗੇ, ਅੱਜ ਪਕਾਉਣੇ ਸੀ ਲੇਕਿਨ ਅੱਜ ਵੀ ਅਸੀਂ ਜਿਹੜਾ ਸ਼ਹਿਰ ਕੋਈ ਨਹੀਂ ਗਏ,
ਕਿਉਂਕਿ ਸਾਲਾਂ ਨੂੰ ਜਿਹੜਾ ਪਹਿਲੇ ਤਾਂ ਜਿਹੜਾ ਕੱਲ੍ਹ ਵਾਲਾ ਪਿਆ ਸੀ, ਕੱਲ੍ਹ ਮੈਂ ਕਿਲੋ ਤੋਰੀਆਂ ਲੈ ਆਉਂਦੀਆਂ ਸੀ, ਸਾਰੀਆਂ ਜਿਹੜੀਆਂ ਪਕਾ ਦਿੱਤੀਆਂ ਸੀ। ਔਰ ਬੇਗਮ ਨੇ ਤੰਦੂਰ ਜਿਹੜਾ ਲਿੰਬ ਲਿਆ ਔਰ ਇੱਕ ਜਿਹੜਾ ਛੋਟੀ ਤੰਦੂਰੀ ਜਿਹੜਾ ਲਿੰਬ ਲਈ, ਔਰ ਸਭ ਤੋਂ ਪਹਿਲੇ ਜਿਹੜਾ ਮੈਂ ਬੱਕਰੇ ਜਿਹੜਾ ਖੋਲ੍ਹ ਕੇ ਜਿਹੜਾ ਇਸ ਸਾਈਡ ਵੱਲ ਜਿਹੜਾ ਲੈ ਆਉਂਦਾ, ਫਿਰ ਜਿਹੜਾ ਪੈਂਪ ਚਲਾ ਤਾ ਗਾਰਡਨ ਜਿਹੜਾ ਪਾਣੀ ਲਾਉਂਦੇ ਹਾਂ, ਪਹਿਲੇ ਜਿਹੜਾ ਤੱਲਾ ਥੋੜ੍ਹਾ ਥੋੜ੍ਹਾ ਜਿਹਨੂੰ ਉੱਪਰੋਂ ਕਟਾਈ ਕਰ ਲਈਆਂ, ਫਿਰ ਜਿਹੜਾ ਗਾਰਡਨ ਨੂੰ ਪਾਣੀ ਜਿਹੜਾ ਲਾ ਦਿੰਦੇ ਹਾਂ ਸਾਰੇ ਨੂੰ, ਕਿਉਂਕਿ ਜਿਹੜਾ ਸਾਰਾ ਗਾਰਡਨ ਜਿਹਾ ਮੁਰਝਾਇਆ ਖੋਤਾ ਪਾਣੀ ਜਿਹੜਾ ਕੱਲ੍ਹ ਤੇ ਅੱਜ ਜਿਹੜਾ ਨਹੀਂ ਲੱਗਿਆ। 2 ਮਿੰਟ ਦੋਨੇ ਜਿਹੜਾ ਖੋਲ੍ਹ ਕੇ ਇੱਧਰ ਲੈ ਆਉਂਦਾ, ਔਰ ਬੱਕਰਿਆਂ ਨੂੰ ਜਿਹੜਾ ਠੰਡਾ ਪਾਣੀ ਜਿਹੜਾ ਪਿਵਾ ਲੈਂਦੇ ਹਾਂ, ਪਾਣੀ ਪਿਵਾ ਕੇ ਫਿਰ ਉਹਨਾਂ ਨੂੰ ਜਿਹੜਾ ਗਾਹ ਪਾਉਂਦੇ ਹਾਂ, ਬਲਕਿ ਜਿਹੜਾ ਪਹਿਲੇ ਪਾਣੀ ਪਵਾ ਲੈਂਦੇ ਅੱਧਾ ਘੰਟਾ ਠਹਿਰ ਕੇ, ਫਿਰ ਦਾਣੇ ਖਵਾ ਕੇ, ਫਿਰ ਸ਼ਾਮ ਨੂੰ ਜਿਹੜਾ ਗਾਹ ਗੱਤਾਂਗੇ। ਸਹੀ ਨਹੀਂ? ਠੀਕ ਹੈ। ਪਹਿਲਾਂ ਪਾਣੀ ਪਿਵਾ ਲੈਂਦੇ ਹਾਂ ਨਾ, ਅਤੇ ਅੱਧਾ ਘੰਟਾ ਠਹਿਰ ਕੇ ਉਸ ਤੋਂ ਬਾਅਦ ਦਾਣੇ ਖਵਾ ਦੇਵਾਂਗੇ, ਦਾਣੇ ਖਵਾ ਕੇ ਫਿਰ ਜਿਹੜਾ ਰਾਤ ਨੂੰ ਗਾਹ ਪਾ ਦੇਵਾਂਗੇ, ਥੋੜ੍ਹਾ ਗਾਹ ਵੀ ਆ ਅਤੇ ਰਾਤ ਨੂੰ ਜਿਹੜਾ ਫਿਰ ਪਾ ਦੇਣ। ਠੀਕ ਹੈ ਨਾ? ਉਰੇ ਜਿਹੜਾ ਆਰਾਮ ਨਾਲ ਨਿਕਲ ਆਇਆ ਇੱਥੋਂ, ਇਹਨੇ ਕੋਈ ਚੀਜ਼ ਵੀ ਨਹੀਂ ਖਾਧੀ। ਜਿਸ ਟਾਈਮ ਮੈਂ ਉਹਨੂੰ ਖੋਲ੍ਹਾਂ, ਉਹਨੇ ਗਾਰਡਨ ਦੀ ਕੋਈ ਨਾ ਕੋਈ ਚੀਜ਼ ਜਿਹੜੀ ਜ਼ਰੂਰ ਖਾ ਲਏਗਾ, ਐਂ ਨਹੀਂ ਖਾਂਦਾ। ਅੱਜ ਇਹ ਬਸ ਤੂਤ ਦਾ ਸ਼ੌਕੀਨ, ਤੂਤ ਖਾਂਦਾ। ਹਾਲੇ ਤਾਂ ਗਾਹ ਨਹੀਂ ਪਾਉਣਾ ਤੁਹਾਨੂੰ, ਹੁਣ ਜਾਂਦੇ ਖੋਲ ਕੇ ਲੈ ਆਉਂਦੇ। ਇਹਨੇ ਨਵਾਣਾ ਵੀ ਗਿਆ ਅੱਜ। ਹੰਦਾ ਦਿਲ ਹੀ ਨੀ ਕਰਦਾ ਗਾਰਡਨ ਚ ਨਿਕਲਣ ਦਾ। ਤੰਦੂਰੀ ਵੀ ਮਸੇ ਬਚੀ ਗਿਆ, ਠੰਡਾ ਪਾਣੀ ਜਿਹੜਾ ਨਿਕਲ ਆਇਆ। ਔਰ ਪਾਣੀ ਜਿਹੜਾ ਬੱਕਰਿਆਂ ਨੂੰ ਰੱਖ ਦਿੱਤਾ, ਪਾਣੀ ਜਿਹੜਾ ਪੀ ਰਹੇ ਨੇ, ਮੈਂ ਕਿਹਾ ਤੱਲਾ ਜਿਹੜਾ ਫਰੈਸ਼ ਜਿਹੜਾ ਨੂੰ ਕਟਾਈ ਕਰਕੇ ਪਾਉਣਾ।
ਸਹੀ ਨੂੰ ਜਾ ਫਤਮ ਠੀਕ ਹੈ ਗਾਰਡਨ ਵੱਡਾ ਹੁੰਦਾ ਨਾ ਤਿੰਨ ਚਾਰ ਦੇ ਤਿੰਨਾਂ ਦੇ ਜਿਹੜਾ ਗਾਰਡਨ ਤੇ ਪੈ ਜਾਣੇ ਆ ਮਕੌੜੇ ਨਿਕਲ ਆਉਂਦੇ ਨੀ ਬਾਕੀ ਕੁਝ ਜਿਹੜਾ ਆਈ ਉਹਦੀ ਸਾਈਡ ਨੂੰ ਸਵੇਰੇ ਫਸਟ ਟਾਈਮ ਦਾ ਨਾਸ਼ਤਾ ਹੀ ਅੰਦਰ ਰੱਖ ਲੈਂਦੇ ਹਾਂ ਕੁਝ ਜਿਹੜਾ ਆਏ ਹੁਣ ਪਾ ਦਿੰਦੇ ਹਾਂ ਦਾਣੇ ਜਿਹੜਾ ਮੈਂ ਵੇਖ ਜਿਹੜਾ ਰੱਖੇ ਹੋਏ ਸੀ ਟੋਪੇ ਚ ਐਵੇਂ ਜਿਹੜਾ ਇੱਥੇ ਜਿਹੜਾ ਪਾ ਦਿੰਦੇ ਹੁਣ ਇਹਨਾਂ ਔਰ ਬੜੇ ਸ਼ੌਂਕ ਨਾਲ ਖਾਂਦੇ ਨੇ ਦਾਣੇ ਕਿਆ ਬਾਤ ਹੈ ਕਿਉਂਕਿ ਉਵੇਂ ਸੁੱਕੇ ਚ ਨਹੀਂ ਪਾਏ ਹਨ ਕਿਉਂਕਿ ਕਾਫੀ ਸਾਰੇ ਜਿਹੜਾ ਹਾਰਡ ਹੁੰਦੇ ਨੇ ਉਹਨੇ ਜਿਹੜਾ ਬੜਾ ਆਸਾਨੀ ਨਾਲ ਖਾ ਲੈਣ ਤੇ ਮਜ਼ੇਦਾਰ ਬਣ ਗਏ ਨੇ ਬਿਲਕੁਲ ਨਰਮ ਨਰਮ ਹੋ ਗਏ ਅਸਲ ਬਰਤਨ ਛੋਟਾ ਪਲਾਸਟਿਕ ਦੇ ਜਿਹੜੇ ਟੱਪ ਲੈ ਆਵਾਂਗੇ ਥੋੜ੍ਹਾ ਜਿਸ ਨੂੰ ਵੱਡੇ ਏਡਾ ਹੋਵੇਗਾ ਨਾ ਬੱਠਾ ਵਾਲੇ ਪਲਾਸਟਿਕ ਦੇ ਮਿਲਦਾ ਉਹ ਜਿਹੜਾ ਉਹਨਾਂ ਨੇ ਇਹਨਾਂ ਵਾਸਤੇ ਲਾਇਆ ਉਹਨਾਂ ਔਰ ਜੀ ਤੰਦੂਰ ਬਲ ਗਿਆ ਬੇਗਮ ਜੀ ਇਹਨਾਂ ਰੋਟੀਆਂ ਪਕਾ ਰਹੀ ਆ ਬੱਕਰਿਆਂ ਨੂੰ ਦੁੱਧ ਪਾਉਣ ਵਾਲੀ ਇਹਨਾਂ ਨੂੰ ਛੱਡ ਕੇ ਪਰਲੀ ਸਾਈਡ ਤੇ ਬੰਨਣਾ ਵਾ ਰੋਟੀ ਪੱਕਦੀ ਪਈ ਆ ਓ ਬਿਸਮਿਲ੍ਲਾ ਰੋਟੀ ਡਿੱਗ ਪਈ ਇੱਕ ਅੱਛਾ ਅੱਛਾ ਮੈਂ ਤਾਂ ਕਹਿੰਦੀ ਰੋਟੀ ਖਾਊ ਉਹ ਕਹਿੰਦੀ ਡਿੱਗ ਗਈ ਇਹ ਹੁਣ ਚਮੀਣੀ ਨਹੀਂ ਹੈ ਨਾ ਇਹ ਵੀ ਰੋਟੀ ਦੀ ਫਾਰੂ ਅੱਗੇ ਹੋ ਰਹੀ ਹੁਣ ਇਹ ਬੱਕਰਾ ਹੈ ਤੇਰਾ ਕੰਮ ਤਾਂ ਧੁੱਪ ਤੋਂ ਪਹਿਲੇ ਹੋ ਜਾਣਾ ਮੈਂ ਅੱਜ ਗਾਹ ਤੂੰ ਬੜਾ ਗਾਬਰਿਆ ਖੜਾ ਪੱਠੇ ਹੀ ਆ ਸ਼ਹਿਰ ਵਾਲੀ ਸਾਈਡ ਵਾਲ ਖੜੇ ਨੇ ਉਧਰੋਂ ਪਤਾ ਕਰਨਾ ਕਿਧਰੋਂ ਮਰੇਕ ਮਰਲਾ ਪੱਠਿਆਂ ਦਾ ਮਿਲ ਗਿਆ ਨਾ ਵੀ ਜਿਸ ਟਾਈਮ ਦਿਲ ਕੀਤਾ ਜਾ ਕੇ ਵੜ ਲੈ 10-15 ਮਿੰਟ ਲੱਗੇ ਕਰਨਗੇ ਹੋਰ ਜੀ ਅੱਜ ਦੇ ਆਲਾ ਵਲਾਗ ਵੀ ਕਰ ਰਹੇ ਇੱਥੇ ਖਤਮ ਇਨਸ਼ਾਅੱਲਾ
ਮਿਲਿਆ ਕਿਸੇ ਨੈਕਸਟ ਅੱਛੇ ਤੋਂ ਅੱਛੇ ਵਲੌਗ ਦੇ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਿਆ ਜੀ, ਔਰ ਅੱਜ ਖੁਸ਼ ਬਹੁਤ ਜ਼ਿਆਦਾ। ਚਲੋ ਬੱਚਿਆਂ ਦੇ ਖਾਣ ਪੀਣ ਵਾਲੀ ਚੀਜ਼ਾਂ ਜਿਹੜੀਆਂ ਆ ਗਈਆਂ, ਅਤੇ ਇਨਸ਼ਾਅੱਲਾ ਇਹਨਾਂ ਦੁਆਵਾਂ ਦੇ ਇਜਾਜ਼ਤ। ਅੱਲਾ ਹਾਫਿਜ਼।